कल अपा सांची कान स्टोरी रीड कर रहे सी, ठीक है, पेज नंबर 58, ठीक है, पुरानी बुक जिना कोल नमी है उन्हां दा है पेज नंबर 43, ठीक है। सारा पिंड दरबारे नू कोसन लगा, बहुत माड़ी गल है दरबारे खातर, किसे लोट ता बंदे नू मनना चाहिदा, मतलब की है दा किसे लोट ता किसे तरीके नाल ते मनना चाहिदा है। कपूर सिंह दुचित्ती विच पै गया, घर बनावे कि ना बनावे, एदे एदो चंगा ता पिंडो बाहर जा वसना सी, कंध बनदी दिसदी नहीं, अद्धी वंड पा के बनाउणा या ठोकरां करन विचो गल नहीं, चार चुफेरे ओ पक्का सोना टल्ली वर्गा चकोर घर बन जांदा। अखीर उहने फैसला कीता कि ओ काम शुरू करे, जद कंध उत्ते आ गया ता आपे कोई ना कोई राह निकल जावेगा, अड़िया ता किसे दा कुछ रहिंदा ही नहीं, पक्की बन गई ता चंगा नहीं, ठोकरां करके उत्ते पा वसलियां पा देवांगे। पास वलियां मतलब पास वलियां है, पास वलियां मीन्स परमात्मा दी नजर, ठीक है। उन्होंने की सोचा कि कोई डबल माइंडेड होने की जरूरत नहीं, वो कहता कि मैं कंध बना देवांगा, परमात्मा दी मेहर हुई तो कंध पूरी तरह पक्की बन जाएगी, ठीक है। इको पासा जाणो कच्चा रह गया, होर हुण कीता भी की जावे, लोग तां कहिंदे सन कि जे डिप्टी दी अर्जी मारे पर मामला होर चक्करां विच पै जाणा सी, जेठहाड़ दे खुले दिन लंघदे जांदे सन। जेठहाड़ दा कदों आंदा, जेठहाड़ जून दा मिड का जांदा, ठीक है। चेत तो जड़ा है देसी महीने के अकॉर्डिंग जड़ा चेत है उदो नवा साल चढ़ना शुरू होता है, चेत विसाख जेठ हाड़ फिर आंदा है, वो आंदा मार्च विच, ठीक है, मार्च मिड विच नवा साल शुरू होता है थोड़ा। जे इस तरह कर दिया सियाल आ गया ते कम राजां तो भी उंज नहीं मुक्या करना, ते नाले हुण दा खुंजिया खबरे कदों तक जा पवे। काम शुरू हो गया, चाची राम कौर वाली कंध टा के मजदूरां नी कढ़न लग पे, तीन दिनां विच कंध सिरे जा लगी, सिरे मतलब बन गई, कंप्लीट हो गई, दलान वरांडा रसोई ते होर सारियां नीहां भरियां गईयां, बैठक दियां कंधां उठण लगियां, बूहे ते बारियां दियां चुगाठां खड़ियां हो गईयां, दसां दिनां विच थाओं दा हुलिया बदल गया, ते मुकाबले दी चाची राम कौर वाली पक्की कंध सामने दरबारे दी हुण कच्ची ਹੋਰ ਵੀ ਬੁਰੀ ਦਿਸਣ ਲੱਗ ਪਈ। ਆਉਂਦਾ ਜਾਂਦਾ ਹਰ ਕੋਈ ਆਖੇ ਇਹ ਹੁਣ ਇਹ ਵੀ ਦਲਿੱਦਰ ਕੱਢ ਕੇ ਛੱਡਿਓ, ਮਤਲਬ ਇਹ ਵੀ ਕੰਧ ਕੱਢ ਦੋ, ਪਰ ਦਰਬਾਰੀ ਨੇ ਅਜੇ ਇੱਕੋ ਵੀ ਨੰਨਾ ਫੜਿਆ ਹੋਇਆ ਸੀ, ਨੋ, ਠੀਕ ਹੈ, ਨੰਨਾ ਮਤਲਬ ਨੋ। ਬੈਠਕ ਦੀਆਂ ਬਾਰੀਆਂ ਤੇ ਬੂਹਿਆਂ ਉੱਤੇ ਲਿੰਟਰ ਲੱਗ ਗਏ, ਲੈਂਟਰ ਪੈ ਗਏ, ਡਿਓੜੀ ਦੀ ਚੁਗਾਠ ਵੀ ਧਰੀ ਗਈ। ਆਈ ਥਿੰਕ ਮੈਂ ਤੁਹਾਨੂੰ ਸਾਰਾ ਹੀ ਦੱਸਿਆ ਹੋਇਆ ਸੀਗਾ, ਡਿਓੜੀ ਕਿਹਨੂੰ ਕਹਿੰਦੇ ਆ, ਚੁਗਾਠ ਕਿਹਨੂੰ ਕਹਿੰਦੇ ਆ, ਚੁਗਾਠ ਜਿਹੜੀ ਆ ਦੀ ਦਰਵਾਜੇ ਦੇ ਸਾਈਡਾਂ ਤੇ ਲੱਗੀ ਹੋਈ, ਡਿਓੜੀ ਮੀਨਸ ਡਿਓੜੀ ਡਿਓੜੀ ਕੋਰੀਡੋਰ। ਬੈਠਕ ਚਾਚੀ ਰਾਮ ਕੌਰ ਦੀ ਕੰਧ ਨਾਲ ਸੀ, ਬੈਠਕ ਮਤਲਬ ਡਰਾਇੰਗ ਰੂਮ, ਤੇ ਲੰਘਣ ਲਈ ਡਿਓੜੀ ਦਰਬਾਰੇ ਵੱਲ, ਡਿਓੜੀ ਦੀ ਛੱਤ ਨੀਵੀ ਰੱਖ ਕੇ 8 ਫੁੱਟ ਉੱਤੇ ਲਿੰਟਰ ਪਾਉਣਾ ਸੀ। ਅੰਡਰਲਾਈਨ ਕਰ ਲਓ, ਲੈਂਟਰ ਕਿੱਥੇ ਪੈਣਾ ਸੀ? 8 ਫੁੱਟ, ਕਿਉਂਕਿ ਉੱਤੇ ਮਿਆਨੀ ਰੱਖਣੀ ਸੀ। ਮਿਆਨੀ ਮੀਨਸ ਉੱਪਰ ਇੱਕ ਜਗ੍ਹਾ ਓਪਨ ਨੂੰ ਟੱਕਣ ਦੇ ਲਈ ਆਪਾਂ ਜਿਹੜੀ ਕਰ ਦਿੰਦੇ ਹਾਂ। ਡਿਓੜੀ ਦਾ ਲੈਂਟਰ ਲਾਉਣ ਲਈ ਹੁਣ ਦਰਬਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਜ਼ਰੂਰੀ ਸੀ। ਇੱਕ ਦਿਨ ਵੀ ਹੋਰ ਕਿਸੇ ਪਾਸੇ ਉਹ ਹੱਥ ਨਹੀਂ ਸੀ ਚੱਲ ਸਕਦਾ। ਜਦ ਵੀ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਨੇ ਦਰਵਾਜ਼ੇ ਇਕੱਠੇ ਕੀਤੇ, ਸਾਰਾ ਪਿੰਡ ਚੌਂਤਰੇ ਉੱਤੇ ਜੁੜ ਗਿਆ। ਚੌਂਤਰਾ ਮੀਨਸ ਇੱਕ ਜਗ੍ਹਾ ਤੇ, ਜਿਸ ਤਰ੍ਹਾਂ ਇੱਥੇ ਬਾਹਰ ਗਰੁੱਪ ਬਣਾ ਕੇ ਖੜੇ ਹੋ ਗਏ। ਪੰਚਾਇਤ ਨੇ ਦਰਬਾਰੀ ਨੂੰ ਸੱਥ ਵਿੱਚ ਬੁਲਾਇਆ ਤੇ ਕੰਧ ਕਰਨ ਲਈ ਆਖਿਆ। ਪਹਿਲਾਂ ਤੇ ਉਹਨੇ ਬੜੇ ਪੈਰ ਅੜਾਏ, ਮੈਂ ਕੁੜੀ ਦਾ ਵਿਆਹ ਕਰਨਾ, ਮੈਨੂੰ ਲੋੜ ਨਹੀਂ, ਮੇਰੀ ਪੁੱਜਤ ਨਹੀਂ। ਅਖੀਰ ਪੰਚਾਇਤ ਨੇ ਸਮਝਾ ਧਮਕਾ ਕੇ ਮਨਾ ਹੀ ਲਿਆ, ਪਿੰਡ ਦੀ ਸਾਂਝੀ ਰਾਏ ਸਾਹਮਣੇ ਉਹਨੂੰ ਚੁੱਕਣਾ ਹੀ ਪਿਆ। ਮਜ਼ਦੂਰੀ ਉਹਨੂੰ ਛੱਡੀ ਗਈ, ਮਜ਼ਦੂਰੀ ਮਤਲਬ ਲੇਬਰ, ਠੀਕ ਹੈ, ਡੇਲੀ ਲੇਬਰ ਜਿਹੜੀ ਉਹਨੇ ਦੇਣੀ ਹੁੰਦੀ ਆ। ਇੱਟਾਂ ਤੇ ਹੋਰ ਸਮਾਨ ਦਾ ਅੱਧ ਦੇਣਾ ਕੀਤਾ ਉਹਨੂੰ, ਕਿਉਂਕਿ ਹਾਲੇ ਕੰਧ ਦੀ ਇੰਨੀ ਲੋੜ ਨਹੀਂ ਸੀ, ਇਸ ਲਈ ਰਿਆਇਤ ਵਜੋਂ ਰਕਮ 2 ਲੰਬੀਆਂ ਕਿਸ਼ਤਾਂ ਵਿੱਚ ਵੰਡੀ ਗਈ। ਰਿਆਇਤ ਮਤਲਬ ਥੋੜੀ ਬਹੁਤੀ ਰਿਲੈਕਸੇਸ਼ਨ। ਆਉਂਦੀ ਲੋਹੜੀ ਛੱਡ ਕੇ ਪਹਿਲੀ ਕਿਸ਼ਤ ਨਿਮਾਣੀ ਨੂੰ ਤੇ ਦੂਜੀ ਅਗਲੀ ਲੋਹੜੀ ਨੂੰ, ਇਹ ਵੀ ਅੰਡਰਲਾਈਨ ਕਰ ਲਓ ਕਿ ਉਹਨੇ ਕਿਸ਼ਤਾਂ ਕਦੋਂ ਕਦੋਂ ਦੇਣੀਆਂ ਸੀ। ਪਹਿਲੀ
दरबारा मन गया सी ना कंध करन लई, ਉਹ ਕਹਿੰਦਾ ਕਿ ਮੇਰੀ ਬੇਟੀ ਦਾ ਵੀ ਵਿਆਹ ਆਣਾ ਹੈ ਤੇ ਮੇਰੇ ਕੋਲ ਇੰਨੀ ਮੇਰਾ ਮਤਲਬ ਕਿ ਇਨਕਮ ਜਿਹੜੀ ਆ ਅਲਾਉ ਨਹੀਂ ਕਰਦੀ। ਫਿਰ ਉਹਨੇ ਇੰਸਟਾਲਮੈਂਟਸ ਕਰ ਲਈਆਂ, ਪਹਿਲੀ ਲੋਹੜੀ ਛੱਡ ਕੇ ਪਹਿਲੀ ਕਿਸ਼ਤ ਨਿਮਾਣੀ ਨੂੰ, ਨਿਮਾਣੀ ਮਤਲਬ ਜਿਹੜੀ ਲੋਹੜੀ ਤੋਂ ਬਾਅਦ ਵਿੱਚ ਥੋੜੇ ਦਿਨਾਂ ਬਾਅਦ, ਠੀਕ ਹੈ, ਉਸ ਤੋਂ ਬਾਅਦ ਵਿੱਚ ਦੂਸਰੀ ਅਗਲੀ ਲੋਹੜੀ ਨੂੰ, ਮਤਲਬ ਪਹਿਲੇ ਸਾਲ ਦੇ ਜਿਸ ਤਰ੍ਹਾਂ 6 ਮਹੀਨਿਆਂ ਬਾਅਦ, ਫਿਰ ਉਸ ਤੋਂ ਛੇ ਮਹੀਨੇ ਦੀ ਉਹਨੇ ਇੰਸਟਾਲਮੈਂਟ ਕਰ ਲਈ, ਠੀਕ ਹੈ, ਨਿਮਾਣੀ ਉਹਨੂੰ ਕਹਿੰਦੇ ਆ। ਕਾਗਜ਼ ਬਣ ਗਿਆ, ਭਾਵੇਂ ਮਜ਼ਦੂਰੀ ਸਾਰੀ ਹੀ ਕਪੂਰ ਸਿੰਘ ਦੇ ਸਿਰ ਪੈ ਗਈ ਸੀ, ਜੋ 80-82 ਤੱਕ ਬਣਦੀ ਸੀ। ਅੰਡਰਲਾਈਨ ਕਰ ਲਓ ਕਿੰਨੀ, 80 ਤੋਂ 82। ਤਾਂ ਵੀ ਉਹ ਖੁਸ਼ ਸੀ, ਕੰਮ ਤੁਰਦਾ ਹੋ ਗਿਆ, ਉਸਦੇ ਸਿਰ 40 ਕੁ ਹੀ ਵੱਧ ਪਏ। ਇਹਨੂੰ ਵੀ ਅੰਡਰਲਾਈਨ ਕਰ ਲਓ ਕਿੰਨੇ ਕੁ ਉੱਤੋਂ ਐਕਸਟਰਾ ਆਏ, 40 ਰੁਪਏ। ਜੇ ਕੋਈ ਕੋਈ ਗੱਲ ਨਹੀਂ, ਇੰਨਾ ਕੁਛ ਕੁ ਤਾਂ ਆਪ ਵੀ ਦਰਬਾਰੀ ਨੂੰ ਜਾ ਕਹਿੰਦਾ ਸੀ। ਅਗਲੇ ਦਿਨ ਪੰਚਾਇਤ ਦੇ 4 ਆਦਮੀ ਆਏ ਤੇ ਸਾਹਮਣੇ ਕੰਧ ਢੋ ਕੇ ਨੀਂਹ ਪਟਵਾਉਣ ਲੱਗੇ। ਇੱਟ ਤਰਨ ਵੇਲੇ ਕੰਧ ਉੱਤੇ ਮੇਲਾ ਲੱਗ ਗਿਆ। ਇਹਨੂੰ ਵੀ ਅੰਡਰਲਾਈਨ ਕਰ ਲਓ, ਸ਼ਾਰਟ ਕੁਸ਼ਚਨ ਪੁੱਛਿਆ ਜਾ ਸਕਦਾ ਕਿ ਜਦੋਂ ਇੱਟ ਧਰੀ ਮਤਲਬ ਰੱਖੀ, ਜਦੋਂ ਨੀਂਹ ਰੱਖੀ ਤਾਂ ਉਦੋਂ ਕਾਫੀ ਲੋਕੀ ਇਕੱਠੇ ਹੋ ਗਏ। ਦਰਬਾਰਾ ਖੁਸ਼ ਤਾਂ ਅੱਗੇ ਹੀ ਨਹੀਂ ਸੀ, ਪਰ ਹੁਣ ਜਦ ਕੰਧ ਬਣਾ ਨਹੀਂ ਲੱਗ ਪਈ ਤਾਂ ਫੁੱਟਣ ਦੀ ਨਮੋਸ਼ੀ ਵਿੱਚ ਉਹਦੀ ਹਿੱਕ ਉੱਤੇ ਸੱਪ ਲਿਟ ਰਿਹਾ ਸੀ। ਮਤਲਬ ਉਹ ਬਹੁਤ ਜ਼ਿਆਦਾ ਉਦਾਸ, ਉਹ ਗੁੱਸਾ ਜਿਹਾ ਸੀ ਉਹਨੂੰ। ਇੱਕ ਪਾਸੇ ਉਹ ਧੰਮਾ ਸਿੰਘ ਸਰਪੰਚ ਨੇ ਰੱਸੀ ਫੜੀ, ਅੰਡਰਲਾਈਨ ਇਟ, ਰੱਸੀ ਕਿੰਨੇ ਫੜੀ, ਸੰਮੇ ਸਰਪੰਚ ਨੇ। ਦੂਸਰੇ ਪਾਸੇ ਨਾਹਰ ਸਿੰਘ ਅਕਾਲੀ ਨੇ, ਜਦ ਰੱਸੀ ਨਾਹਰ ਸਿੰਘ ਦੇ ਸਿਰ ਤੋਂ ਉੱਤੋਂ ਛੂਹੀ ਤਾਂ ਝੱਟ ਦਰਬਾਰਾ ਬੁਖਲਾਈ ਵਿੱਚ ਬੋਲਿਆ, ਆਪਣੇ ਅਮਾਨ ਨੂੰ ਜਾਣ ਕੇ ਨਿਆਂ ਕਰੀ ਕਾਲੀਆ, ਠੀਕ ਹੈ, ਸਾਨੂੰ ਤਾਂ ਦੋਵੇਂ ਇੱਕ ਸਾਰ ਉਹ ਦਰਬਾਰ ਸਿਆ। ਨਾਹਰ ਸਿੰਘ ਨੇ ਉੱਤਰ ਦਿੱਤਾ, ਸਾਰੇ ਲੋਕੀ ਇੱਕ ਟੱਕ ਰੱਸੀ ਵੱਲ ਵੇਖਣ ਲੱਗੇ। ਪਰਲੇ ਸਿਰੇ ਬੈਠੇ ਧੰਮਾ ਸਿੰਘ ਸਰਪੰਚ ਨੇ ਹੱਥ ਭਰ ਕਪੂਰ ਸਿੰਘ ਵੱਲ ਰੱਸੀ ਧਰ ਦਿੱਤੀ, ਇੱਕਦਮ ਰੌਲਾ ਪੈ ਗਿਆ, ਆਹ ਤੇ ਜਮਾ ਵਿੰਗੀ ਹੈ, ਇੱਥੋਂ ਕੰਧ ਜਾਂਦੀ ਨਹੀਂ। ਉਹ ਕਿਸੇ ਉੱਚੀ ਬੋਲ ਕੇ ਧੰਮਾ ਸਿੰਘ ਨੂੰ ਆਖਿਆ ਕਿ ਰੱਸੀ ਇੱਕ ਹੱਥ ਦੂਸਰੇ ਪਾਸੇ ਨੂੰ ਧਰੇ, ਇੰਨਾ ਫਰਕ ਤੇ ਅੰਨਿਆਂ ਨੂੰ ਵੀ ਦਿਸਦਾ ਸੀ। ਰੱਸੀ ਧੰਮਾ ਸਿੰਘ ਨੂੰ ਦੂਜੇ ਪਾਸੇ ਧਰਨੀ ਪਈ, ਹੁਣ ਠੀਕ ਹੈ, ਸਾਰਿਆਂ ਨੂੰ ਤਸੱਲੀ ਦਾ ਸਾਹ ਆਇਆ, ਸਾਹ ਲਿਆ। ਸਾਲ ਸੁੱਟ ਕੇ ਮਿਸਤਰੀ ਨਿਸ਼ਾਨ ਲਾਉਣ ਲੱਗਾ ਕਿ ਦਰਬਾਰੀ ਨੇ ਝੱਟ ਰੌਲਾ ਪਾ ਦਿੱਤਾ। ਸਾਲ ਉਹਦਾ ਇੱਕ ਵੈਪਨ ਹੈ ਜਿਹੜੇ ਮਿਸਤਰੀ ਕੋਲ ਹੁੰਦੇ ਆ। ਮੈਨੂੰ ਨੀ ਮਨਜ਼ੂਰ ਇਹ ਕੋਈ ਇਨਸਾਫ਼ ਹੈ, ਕੰਧ 4 ਉਂਗਲ ਮੇਰੇ ਪਾਸੇ ਪਈ ਹੈ, ਤੇਰੇ ਪਾਸੇ ਉਹ ਤਾਂ ਸਾਰੀ ਉਹ ਪਈ ਹੈ। ਜਦ 4 ਆਦਮੀ ਖੜੇ ਨੇ ਕੋਲ, ਕਪੂਰ ਸਿੰਘ ਬੋਲਿਆ। ਦਰਬਾਰੀ ਨੇ ਝੱਟ ਗਾਲ ਕੱਢ ਕੇ ਆਖਿਆ, ਜੰਮਿਆ ਕੌਣ ਹੈ ਓਏ ਮੇਰੇ ਪਾਸੇ ਕੰਧ ਕਰਨ ਵਾਲਾ? ਬੰਦਾ ਭਾਵੇਂ ਲੱਖ ਨਰਮ ਹੋਵੇ, ਗਾਲ ਪਰ ਕਿਸੇ ਤੋਂ ਕੋਈ ਕਿਉਂ ਖਾਵੇ? ਪਰ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵੱਟ ਕੇ ਮੰਗਾਰਿਆ, ਨਿਉ ਚ ਗੱਡ ਦੂ, ਨਿਉ ਚ ਮਤਲਬ ਨੀ ਚ, ਇੱਥੇ ਤੈਨੂੰ ਮੈਂ ਗੱਡ ਦੂੰਗਾ। ਤੇ ਇੰਨੇ ਵਿੱਚ ਘਰੋਂ ਉਹਦਾ ਛੋਟਾ ਭਰਾ ਗੰਧਾਲੀ ਚੁੱਕ ਲਿਆ। ਅੰਡਰਲਾਈਨ ਕਰ ਲਓ, ਕਿਸਾ ਛੋਟਾ ਭਰਾ, ਨਹੀਂ ਕਪੂਰ ਸਿੰਘ ਦਾ, ਕਪੂਰ ਸਿੰਘ ਦਾ ਭਰਾ ਪਹਿਲਾਂ ਗੰਧਾਲੀ ਚੁੱਕ ਲਿਆ ਹੈ। ਕਿਉਂਕਿ ਨੈਕਸਟ ਲਾਈਨ ਦੇਖੋ ਲਵਲੀਨਾ, ਦੋਵੇਂ ਪਾਸੇ ਗਾਲਾਂ ਦੀ ਵਾਛੜ ਹੋ ਗਈ, ਮਤਲਬ ਅਬਿਊਜ਼ਿੰਗ ਲੈਂਗੁਏਜ। ਦੂਸਰੇ ਪਾਸੇ ਦਰਬਾਰੇ ਦਾ ਭਤੀਜਾ, ਠੀਕ ਹੈ, ਹੁਣ ਦਰਬਾਰੇ ਦਾ ਲੈ ਕੇ ਆਇਆ ਭਤੀਜਾ, ਗੰਡਾਸੀ ਚਾੜ ਕੇ ਆ ਗਿਆ। ਗੰਡਾਸੀ ਉਹ ਲੰਬੀ ਸਾਰੀ ਹੁੰਦੀ ਹੈ, ਉਹਦੇ ਕਾਫੀ ਉਹ ਧਾਰ ਤਿੱਖੀ ਹੁੰਦੀ ਹੈ ਉਹਦੀ। ਦਰਬਾਰੀ ਨੇ ਲੈਂਦਿਆਂ ਹੀ ਦੁਹੱਥੜੀ ਜੋੜ ਕੇ ਲਾਠੀ ਕਪੂਰ ਸਿੰਘ ਦੇ ਮਾਰੀ। ਇਹਨੂੰ ਵੀ ਅੰਡਰਲਾਈਨ ਕਰ ਲਓ ਕਿ ਦਰਬਾਰੇ ਨੇ ਕੀ ਮਾਰਿਆ, ਕਿਸ ਤੇ ਮਾਰਿਆ। ਆ ਤੈਨੂੰ ਦੇਖਾਂ ਨਿਉ ਚ ਗੰਡਦੇ ਨੂੰ, ਤੂੰ ਦੇ ਨਾਲ ਦੀ ਨਾਲ ਤਤੀਰੀ ਕਪੂਰ ਸਿੰਘ ਦੇ ਸਿਰ ਵਿੱਚੋਂ ਆਈ। ਤਤੀਰੀ ਮਤਲਬ ਬਲੱਡ, ਕੀਚਰਾ ਕੀਚਰਾ ਝੱਟ ਗੰਦਾਲੀ ਦਰਬਾਰੇ ਦੇ ਮੋਹਰਾਂ ਉੱਤੇ ਪਈ, ਜਿਹੜੇ ਸ਼ੋਲਡਰ ਹੁੰਦੇ ਨੇ। ਦੂਜੀ ਪੁੜਪੜੀ ਵਿੱਚ ਲਹੂ ਦੀ ਟੀਕ ਚੱਲ ਪਈ ਤੇ ਉਲਟ ਕੇ ਨੀਹਾਂ ਵਿੱਚ ਜਾ ਡਿੱਗਿਆ। 5 ਰੱਸੀ ਛੱਡ ਕੇ ਪਰਾਂ ਹੋ ਗਏ ਸਨ। ਆਖਰ ਕੁੱਝ ਲੋਕ ਹੌਸਲਾ ਕਰਕੇ ਛੁਡਾਉਣ ਲੱਗੇ, ਤੀਵੀਆਂ ਘਰਾਂ ਚੋਂ ਨਿਕਲ ਕੇ ਆਮੋ ਸਾਹਮਣੇ ਬਾਹਾਂ ਉਲਾਰਦੀਆਂ ਮੇਣੋ ਮੇਣੀ ਹੋਣ ਲੱਗੀਆਂ, ਮਤਲਬ ਟੌਂਟਿੰਗ ਕਰਨ ਲੱਗ ਪਈਆਂ। ਚੀਕ ਚਿਹਾੜਾ, ਗਾਲਾ ਦੁਪੜਾ, ਕੰਨ ਪਈ ਆਵਾਜ਼ ਨਾ ਸੁਣੇ। 2 ਘੰਟੇ ਉਹ ਚੱਜੂ ਪਿਆ, ਮਤਲਬ ਇੰਨਾ ਰੋਲਾ ਰੱਪਾ ਪਿਆ, ਲੜਾਈ ਹੋਈ। ਉਹ ਰੂਦ ਛਣਿਆ ਕਿ ਲੋਕੀ ਕੰਨਾਂ ਉੱਤੇ ਹੱਥ ਧਰ ਗਏ, ਮਤਲਬ ਏਦਾਂ ਦਾ ਬਹੁਤ ਬਹੁਤ ਜ਼ਿਆਦਾ ਲੜਾਈ ਹੋਈ ਕਿ ਲੋਕੀ ਤੌਬਾ ਤੌਬਾ ਕਰਨ ਲੱਗ ਪਏ। ਇਸ ਤੋਂ ਮਗਰ ਕੁੱਝ ਦਿਨ ਪਾ ਕੇ ਕੰਧ ਤਾਂ ਬਣ ਗਈ, ਜਿਹੋ ਜਿਹੀ ਚਾਹੀਦੀ ਸੀ ਉਹੋ ਜਿਹੀ ਬਣ ਗਈ, ਪਰ ਜਿਉਣ ਦਾ ਹੱਜ ਕੋਈ ਨਾ ਰਿਹਾ। ਮਤਲਬ ਇਹਦਾ ਕੀ ਹੈ, ਜਿਉਣ ਦਾ ਹੱਜ ਕੋਈ ਨਾ ਰਿਹਾ, ਸਹਿਮਤੀ ਨਹੀਂ ਹੋਈ, ਮਤਲਬ ਉਹ ਐਮਨੀ ਸੈਟਿਸਫੈਕਸ਼ਨ ਦੇ ਨਾਲ ਨਹੀਂ ਸੀ ਜੀ ਸਕਦੇ। ਕੰਧ ਉਹਨਾਂ ਨੇ ਫੋਰਸਲੀ ਉਹਨੂੰ ਕਹਿ ਕੇ ਬਣਵਾਈ ਸੀ, ਠੀਕ ਹੈ।
ਜਿਹੜੀ ਗੱਲ ਦਾ ਡਰ ਸੀ ਉਹ ਹੋ ਕੇ ਹਟੀ, ਦੋਹਾਂ ਧਿਰਾਂ ਦੀਆਂ ਜ਼ਮਾਨਤਾਂ ਹੋ ਗਈਆਂ ਕਿਉਂਕਿ ਉਹਨਾਂ ਵਿੱਚ ਲੜਾਈ ਹੋ ਗਈ ਸੀ ਨੈਚੁਰਲੀ, ਜਿਹੜਾ ਕੋਰਟ ਕਚਹਿਰੀ ਤੱਕ ਪੈ ਗਿਆ ਸੀਗਾ, ਪੁਲਿਸ ਕੇਸ ਹੋ ਗਿਆ ਸੀ, ਦਿਲਾਂ ਵਿੱਚ ਪਾਟਕ ਪੈ ਗਏ, ਮਤਲਬ ਦੂਰੀ ਨਫ਼ਰਤ, ਬੋਲ ਚਾਲ ਜਾਂਦੀ ਰਹੀ, ਪੁਸ਼ਤਾਂ ਲਈ ਵੈਰ ਖੜਾ ਹੋ ਗਿਆ। 2-4-6 ਮਹੀਨੇ ਉੜਕ ਵਰਾ ਲੰਘ ਗਿਆ, ਇਸ ਤਰ੍ਹਾਂ ਹੀ ਕਰਦੇ ਕਰਦੇ ਪੂਰਾ ਸਾਲ ਨਿਕਲ ਗਿਆ। ਨਿਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜਨਾ ਚਾਹਿਆ, ਮਤਲਬ ਉਹਨੇ ਕਿਉਂਕਿ ਇੰਸਟਾਲਮੈਂਟ ਦੇਣੀ ਸੀਗੀ, ਦਰਬਾਰਾ ਸਿੰਘ ਇੰਸਟਾਲਮੈਂਟ ਨਹੀਂ ਸੀ ਦੇ ਪਾ ਰਿਹਾ ਤੇ ਕਪੂਰ ਸਿੰਘ ਨੇ ਵੀ ਉਹਨੂੰ ਜਾ ਕੇ ਬੋਲਿਆ ਕੁਛ ਨਹੀਂ। ਸਾਰੇ ਪਿੰਡ ਸਾਹਮਣੇ ਲਿਖਤ ਹੋਈ ਸੀ, ਮੁੱਕਰ ਤਾਂ ਉਹ ਸਕਦਾ ਹੀ ਨਹੀਂ ਸੀ। 6 ਮਹੀਨੇ ਹੋਰ ਲੰਘ ਗਏ, ਦੂਜੀ ਲੋਹੜੀ ਦੀ ਕਿਸ਼ਤ ਵੀ ਲੰਘ ਗਈ। ਆਥਣ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲਾ ਹੀ ਸੀ, ਇੱਕ ਸਵੇਰ ਕਾਲਜਾ ਫੜੀ ਚਾਚੀ ਰਾਮ ਕੌਰ ਆਈ, ਤੈਂ ਕੁਛ ਸੁਣਿਆ ਕਪੂਰ ਸਿੰਘ, ਸੋਰੀ, ਹੈਰਾਨ ਹੋ ਕੇ ਕਪੂਰ ਸਿੰਘ ਚੌਂਕਿਆ, ਨਾ ਚਾਚੀ ਕਿਉਂ ਕੀ ਗੱਲ ਹੈ, ਲੈ ਵੇ ਤੈਨੂੰ ਖਬਰ ਨਹੀਂ, ਮੁੰਡਾ ਤਾਂ ਪੁੰਜੇ ਲਿਆ ਪਿਆ ਦਰਬਾਰਾ। ਦਰਬਾਰਾ ਮੁੰਡਾ ਮਤਲਬ ਦਰਬਾਰਾ, ਪੁੰਜੇ ਮਤਲਬ ਥੱਲੇ, ਲੈ ਹੋਰ ਕੀ, ਉਹ ਤਾਂ ਨਮੂਨੀਏ ਨਾਲ ਜੁੜਿਆ ਪਿਆ, ਉਹਨੂੰ ਅੰਡਰਲਾਈਨ ਕਰ ਲਓ, ਦਰਬਾਰੇ ਨੂੰ ਕਿਹੜੀ ਬਿਮਾਰੀ ਸੀ, ਨਿਮੋਨੀਏ ਦੀ, ਠੰਡ ਦੀ ਸੀੜ ਚ ਆ ਗਿਆ, ਚਪੇਟ ਵਿੱਚ ਠੰਡ ਲੱਗ ਗਈ ਉਹਨੂੰ, ਰਾਤ ਬਹੂ ਰੋਂਦੀ ਨਹੀਂ ਸੀ ਚੱਲੀ ਜਾਂਦੀ, ਇੱਕ ਤਾਂ ਇਲਾਜ ਕਰਾਉਣੇ ਕਿਹੜੇ ਔਖੇ ਨੇ ਚੰਦਰੇ ਬਿਨਾਂ ਪੈਸੇ। ਮੈਨੂੰ ਤਾਂ ਚਾਚੀ ਹੁਣ ਤੀਤੋ ਪਤਾ ਲੱਗਿਆ, ਤੀਤੋ ਮਤਲਬ ਤੇਰੇ ਤੋਂ, ਲੈ ਆਹੋ ਡੱਡ ਤੈਨੂੰ ਕਿਤੇ ਉਪਰੇ, ਆਉਣ ਜਾਣ ਬਾਜੋ ਕੰਧ ਓਹਲੇ ਪਰਦੇਸ਼ ਹੈ ਚਾਚੀ, ਲੈ ਉਹ ਜਾਣੇ ਨੋਹਾਂ ਨਾਲ ਮਾਸ ਨੀ ਟੁੱਟਦਾ, ਮਤਲਬ ਕਿ ਕਦੀ ਭਰਾ ਭਰਾ ਦਾ ਰਿਲੇਸ਼ਨ ਨੀ ਟੁੱਟਦਾ। ਕਹਿੰਦਿਆਂ ਚਾਚੀ ਸੈਨਤ ਸੁੱਟ ਕੇ ਚਲੀ ਗਈ। ਕਪੂਰ ਸਿੰਘ ਉੱਠਿਆ ਤੇ ਚੱਕਦਾ ਚੁਕਾਉਂਦਾ ਦਰਬਾਰੇ ਦੇ ਘਰ ਅੰਦਰ ਲੰਘ ਆ ਗਿਆ। ਵਿਹੜੇ ਵਿੱਚ ਕੰਧ ਦੀ ਔਟ ਨਾਲ ਧੁੱਪੇ ਦਰਬਾਰੇ ਦਾ ਮੰਜਾ ਸੀ, ਇਹਨੂੰ ਵੀ ਅੰਡਰਲਾਈਨ ਕਰ ਲਓ, ਦਰਬਾਰੇ ਦਾ ਮੰਜਾ ਕਿੱਥੇ ਸੀ, ਧੁੱਪ ਵਿੱਚ, ਵਿਹੜੇ ਵਿੱਚ। ਕਪੂਰ ਸਿੰਘ ਨੇ ਜਦ ਦਰਬਾਰੇ ਵੱਲ ਦੇਖਿਆ ਤਾਂ ਉਹ ਖੜੇ ਦਾ ਖੜਾ ਰਹਿ ਗਿਆ, ਸੁੱਕ ਕੇ ਪਿੰਜਰ ਬਣਿਆ ਸਰੀਰ, ਧੂੰਏ ਵਰਗਾ ਰੰਗ, ਅੰਦਰ ਨੂੰ ਤੱਸੀਆਂ ਹੋਈਆਂ ਅੱਖਾਂ ਤੇ ਦਰਬਾਰੇ ਦੀ ਨਿਆਣੀ ਟੱਬਰੀ, ਨਿਆਣੀ ਟੱਬਰੀ ਮਤਲਬ ਛੋਟੇ ਛੋਟੇ ਬੱਚੇ। ਅੰਦਰੋਂ ਦਰਬਾਰੇ ਦੀ ਘਰਵਾਲੀ ਨੇ ਮੰਜੇ ਕੋਲ ਸਟੂਲ ਡਾ ਦਿੱਤਾ, ਪਰ ਕਪੂਰ ਸਿੰਘ ਦਰਬਾਰੇ ਦੇ ਕੋਲ ਹੀ ਮੰਜੇ ਦੀ ਬਾਹੀ ਉੱਤੇ ਬਹਿ ਗਿਆ। ਕੀ ਹਾਲ ਹੈ ਭਾਈ ਦਰਬਾਰਿਆ, ਰਜਾਈ ਦੇ ਆਸਰੇ ਢੋਲ ਆ ਕੇ ਦਰਬਾਰਾ ਕੁਝ ਬੈਠਦਿਆਂ ਬੋਲਿਆ, ਹੁਣ ਤਾਂ ਚੰਗਾ ਬਾਈ, ਬਿਮਾਰੀ ਦਾ ਪੰਨਿਆ ਉਹਦਾ ਨਿਡਾਲ ਮਨ ਕੁਝ ਕਰਾਰ ਫੜ ਆਇਆ। ਨਿਡਾਲ ਮਨ ਮਤਲਬ ਕਮਜ਼ੋਰ ਦੁਖੀ ਮਨ, ਕਰਾਰ ਫੜ ਆਇਆ ਮਤਲਬ ਪਹਿਲਾਂ ਉਹਦੀ ਬੋਡੀ ਜਿਹੜੀ ਸੀ ਨਿਮੋਨੀਆ ਦੇ ਨਾਲ ਬਹੁਤ ਜ਼ਿਆਦਾ ਵੀਕ ਹੋ ਚੁੱਕੀ ਸੀਗੀ, ਪਰ ਉਹਨੂੰ ਲੱਗਾ ਕਿ ਮੈਨੂੰ ਮੇਰਾ ਜਿਹੜਾ ਭਰਾ ਆ ਉਹ ਪੁੱਛਣ ਆਇਆ ਤਾਂ ਉਹ ਥੋੜਾ ਜਿਹਾ ਹੋਰ ਥੋੜਾ ਸਟਰੋਂਗ ਹੋ ਗਿਆ, ਵਧੀਆ ਕਹਿ ਲਓ। ਕੋਈ ਨਾ ਤੂੰ ਪਿਆਰ ਹੈ, ਉੱਠਣ ਦੀ ਖੇਚਲ ਨਾ ਕਰ, ਕਮਜ਼ੋਰੀ ਜਾਂਦੇ, ਬੋਲਣ ਲੱਗਿਆ ਦਰਬਾਰੇ ਦਾ ਸਾਰਾ ਤਿੱਗ ਕੰਬਦਾ ਸੀ, ਮਤਲਬ ਉਹਦੀ ਬੋਡੀ ਪੂਲੀ ਹੋ ਰਹੀ ਸੀਗੀ ਕਿਉਂਕਿ ਵੀਕ ਸੀਗਾ ਉਹ। ਸਭ ਦੂਰ ਹੋ ਜੂ ਚੁਗਾਠ ਬਚੇ ਰਹੇ ਬਾਣ ਬਥੇਰਾ, ਇਹ ਤੁਹਾਡਾ ਕੁਐਸਚਨ ਵੀ ਬਣਨਾ ਹੈ, ਸੋ ਇੱਥੋਂ ਦੀ ਧਿਆਨ ਨਾਲ ਕਿਉਂਕਿ ਇਹ ਡਾਇਲੋਗ ਹੈ, ਕਿਸਨੇ ਕਿਉਂ ਕਹੇ, ਠੀਕ ਹੈ। ਕਪੂਰ ਸਿੰਘ ਨੇ ਹੌਸਲਾ ਦਿੱਤਾ, ਲੋਗੜ ਗਰਮ ਕਰਕੇ ਉਹਦੀ ਕੁੜੀ ਹਰਬੰਸੋ ਉਹਦੀਆਂ ਵੱਖੀਆਂ ਨੂੰ ਸੇਕਣ ਲਈ ਲਿਆਈ। ਲੋਗੜ ਮਤਲਬ ਉਹ ਇੱਕ ਗੜਵੀ ਟਾਈਪ ਜਿਹੀ, ਜਿਸ ਤਰ੍ਹਾਂ ਆਪਾਂ ਬੋਟਲ ਨੂੰ ਗਰਮ ਕਰਦੇ ਹਾਂ ਉਸ ਤਰ੍ਹਾਂ ਹੀ, ਠੀਕ ਹੈ। ਵੱਖੀਆਂ ਮਤਲਬ ਜਿਹੜੀਆਂ ਸਾਈਡ ਤੇ ਹੁੰਦੇ ਆ, ਠੀਕ ਹੈ। ਇਲਾਜ ਕਿਹਦੇ, ਕਪੂਰ ਸਿੰਘ ਨੇ ਪੁੱਛਿਆ, ਇਲਾਜ ਇਲਾਜ ਮਤਲਬ ਦਰਬਾਰਾ ਅੱਗੋਂ ਚੁੱਪ ਕਰ ਗਿਆ, ਇਲਾਜ ਕਿਸੇ ਦੇ ਵੀ ਨਹੀਂ ਸਨ, ਘਰ ਦੇ ਇਲਾਜ ਤੇ ਵੀ ਕੋਈ ਇਲਾਜ ਹੁੰਦੇ ਨੇ, ਕਪੂਰ ਸਿੰਘ ਤੋਂ ਲੁਕਿਆ ਕੀ ਸੀ, ਇੱਕ ਦੂਸਰੇ ਦੇ ਘਰ ਦੀ ਹਾਲਤ ਤੋਂ ਜਾਣਦੇ ਹੀ ਸਨ। ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢ ਕੇ, ਅੰਡਰਲਾਈਨ ਕਿੰਨੇ ਰੁਪਏ ਦਾ ਨੋਟ ਕੱਢਿਆ ਉਹਨੇ, 10 ਰੁਪਏ ਦਾ, ਦਰਬਾਰੇ ਦੀ ਜੇਬ ਵਿੱਚ ਪਾ ਦਿੱਤਾ। ਮੈਂ ਜਾ ਕੇ ਮੁੰਡਿਓ ਮੰਡੀਓ ਡਾਕਟਰ ਨੂੰ ਭੇਜਦਾ ਹਾਂ, ਉਹਨੇ ਕਿੱਥੋਂ ਭੇਜਣਾ ਸੀ ਡਾਕਟਰ ਨੂੰ, ਮੰਡੀ ਤੋਂ। ਦਰਬਾਰੇ ਦੇ ਮਨ ਵਿੱਚ ਹੂਕ ਉੱਠੀ, ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਬਾਈ, ਕੰਧ ਵਾਲੇ ਮਤਲਬ ਮੈਂ ਕੰਧ ਵਾਲੇ ਵੀ ਹੱਲੇ ਪੈਸੇ ਦੇਣੇ ਆ ਤੈਨੂੰ, ਤੂੰ ਹਾਲੇ ਤੱਕੜਾ ਹੈ, ਦਰਬਾਰੇ ਦੇ ਮਨ ਵਿੱਚ ਹੂਕ ਉੱਠੀ, ਮੈਂ ਤਾਂ ਤੇਰੇ ਅੱਗੇ ਪੈਸੇ ਦੇਣੇ ਆ ਬਾਈ ਕੰਧ ਵਾਲੇ, ਤੂੰ ਹਾਲੇ ਤੱਕੜਾ ਹੋ, ਦਿੰਦਾ ਰਹੀ ਪੈਸੇ। ਦਰਬਾਰੀ ਦੀਆਂ ਅੱਖਾਂ ਸਿਮ ਆਈਆਂ, ਸਿਮ ਮਤਲਬ ਰੋਣ ਵਾਲੀਆਂ। ਥੋੜੇ ਚਿਰ ਪਿੱਛੋਂ ਭਰੇ ਹੋਏ ਗੱਚ ਨਾਲ ਤੀਮਾ ਹੋ ਕੇ ਬੋਲਿਆ, ਮਕਾਨ ਦਾ ਕੰਮ ਚੜ ਗਿਆ ਸਿਰੇ, ਥੋੜਾ ਜਿਹਾ ਟੀਪ ਟੱਲਾ ਰਹਿੰਦਾ, ਮਤਲਬ ਥੋੜਾ ਬਹੁਤਾ ਰਹਿੰਦਾ, ਜਿਸ ਤਰ੍ਹਾਂ ਸੀਮੈਂਟ ਵਗੈਰਾ ਹੈ, ਸੀਮੈਂਟ ਥੁੜ ਗਿਆ,
ਮੈਨੂੰ ਤਾਂ ਸੋਹਰਾ ਸਰਪੰਚ ਭਖਾਉਂਦਾ ਰਿਹਾ, ਨਹੀਂ ਤਾਂ ਮੈਂ ਕਿਹੜਾ ਤੇਰਾ ਦੋਖੀ ਸੀ। ਮਤਲਬ ਕਿ ਇਹਦਾ ਦੁਸ਼ਮਣ ਸੀ ਉਹ, ਕਿਉਂਕਿ ਉਹ ਸਰਪੰਚ ਨੂੰ ਭੜਕਾ ਰਿਹਾ ਸੀ ਨਾ ਦਰਬਾਰੇ ਨੂੰ। ਹੁਣ ਤਾਂ ਇਹਨਾਂ ਗੱਲਾਂ ਨੂੰ ਮਨ ਤੇ ਨਾ ਲਿਆ, ਜੇ ਚਾਰ ਭਾਂਡੇ ਹੋਣਗੇ ਤਾਂ ਖੜਕਣਗੇ। ਮਤਲਬ ਕੀ ਹੈ ਇਹਦਾ, ਕਹਿੰਦੇ ਹੁੰਦੇ ਨਾ ਜੇ ਘਰ ਵਿੱਚ ਚਾਰ ਭਾਂਡੇ ਹੁੰਦੇ ਤਾਂ ਲੜਾਈ ਹੋ ਹੀ ਜਾਂਦੀ ਹੈ, ਸੇਮ ਏਦਾਂ ਹੀ। ਹਾੜ ਦਾ ਬੰਸੋ ਦਾ ਵਿਆਹ ਦੇ ਦਈਏ, ਅੰਡਰਲਾਈਨ ਕਰ ਲਓ। ਬੰਸੋ ਕਿਹੜੀ ਕੁੜੀ ਸੀ? ਬੰਸੋ ਦਾ ਵਿਆਹ ਕਦੋਂ ਦਾ ਸੀ? ਹਾੜ ਦਾ। ਇਹਦਾ ਨਾਮ ਵੈਸੇ ਕੀ ਹੈ ਬੰਸੋ? ਬੰਸੋ। ਦਰਬਾਰੇ ਦੇ ਲੂ ਲੂ ਵਿੱਚ ਅਪਣੱਤ ਜਾਗ ਰਹੀ ਸੀ, ਕੋਈ ਡਰ ਨਹੀਂ, ਜਿਹੜਾ ਭਾਰ ਸਿਰੋ ਲੈ ਜਾਵੇ ਚੰਗਾ, ਤੂੰ ਆਏਗਾ ਜੀਕਣ ਤੂੰ ਕਹੇ। ਦਰਬਾਰੀ ਨੇ ਕੰਬਦੇ ਹੱਥਾਂ ਵਿੱਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ, ਤੇਰੇ ਬਿਨਾਂ ਬਾਈ ਮੈਂ ਕਾਹਦੇ ਜੋਗਾ। ਉਹਦੇ ਬੁੱਲ ਫਰਕਣ ਲੱਗੇ ਤੇ ਅੱਖਾਂ ਵਿੱਚੋਂ ਪਰਲ ਪਰਲ ਹੰਝੂਆਂ ਦੀਆਂ ਧਾਰਾਂ ਫੁੱਟ ਪਈਆਂ। ਉਹ ਤੂੰ ਦਿਲ ਰੱਖ ਵੀਰ, ਮੈਂ ਤੇਤੋਂ ਨਾਬਰ ਤਾਂ ਨਹੀਂ, ਨਾਬਰ ਮਤਲਬ ਮੈਂ ਤੇਤੋਂ ਬਾਹਰ ਤਾਂ ਨਹੀਂ, ਤੇਰੇ ਫੈਮਿਲੀ ਦਾ ਹੀ ਹਿੱਸਾ ਹਾਂ। ਕਪੂਰ ਸਿੰਘ ਨੇ ਮਸੀ ਇਹ ਬੋਲ ਆਖੇ, ਹੰਝੂਆਂ ਦੀਆਂ ਧਾਰਾਂ ਹੁਣ ਉਹਦੇ ਚਿਹਰੇ ਉੱਤੇ ਵੀ ਵਗ ਪਈਆਂ ਸਨ। ਕਲੀਅਰ ਹੈ ਸਟੋਰੀ? ਕਲੀਅਰ? बैक एक्सरसाइज से क्वेश्चन आंसर्स करिए और शॉर्ट क्वेश्चन आंसर्स, बिकॉज़ काफी स्टैंड इथे आ रही है, तो अपनी रफ कॉपी कल अपने कोल रखियो, ठीक है? शॉर्ट क्वेश्चंस मैं थोनो इथे ही करवा देने हैं। क्लियर है? थोड़ी मर्जी, फेयर ते करने फेयर ते कर सकते, डायरेक्टली रफ ते करने रफ ते कर लियो, ठीक है? शॉर्ट वाले हुनी करवा दवा। चलो ਸਾਂਝੀ ਕੰਦ ਕਹਾਣੀ ਦੇ ਕਹਾਣੀਕਾਰ ਦਾ ਨਾਮ। ਨੈਕਸਟ ਕਹਾਣੀ ਦੇ ਪਾਤਰ। ਦਰਬਾਰਾ, ਕਪੂਰ ਸਿੰਘ, ਚਾਚੀ ਰਾਮ ਕੌਰ, ਪਾਤਰ। ਹਰਬੰਸੋ ਦਾ ਕੋਈ ਡਾਇਲੌਗ ਨਹੀਂ ਹੈ, ਠੀਕ ਹੈ? ਸਰਪੰਚ ਦਾ ਕੀ ਨਾਮ ਸੀ? ਚੰਨਾ ਸਿੰਘ ਚੀਨੀਆ। ਰਾਮ ਰਤਨ ਕੌਣ? ਮਹੀਨਾ ਵਿੱਚ ਘਰ ਬਣਾਉਣਾ ਚਾਹਿਆ। ਕਪੂਰ ਸਿੰਘ ਤੇ ਦਰਬਾਰੇ ਦਾ ਆਪਸ ਵਿੱਚ ਕੀ ਰਿਸ਼ਤਾ ਸੀ? ਕਪੂਰ ਸਿੰਘ ਦਾ ਦਰਬਾਰਾ ਸਿੰਘ ਨਾਲ ਆਪਸ ਵਿੱਚ ਕੀ ਰਿਸ਼ਤਾ ਸੀ? ਦਰਬਾਰਾ ਸੀ ਚਾਚੇ ਦਾ ਮੁੰਡਾ, ਚਚੇਰਾ ਭਰਾ ਵੀ ਲਿਖ ਸਕਦੇ ਹੋ। ਆਂਸਰਸ ਖੁਦ ਲਿਖਣੇ ਆ ਤੁਸੀਂ, ਆਂਸਰਸ ਨੇ ਮੈਂ ਬੋਲਣੇ। ਕਪੂਰ ਸਿੰਘ ਦਾ ਘਰ ਕਦੋਂ ਡਿੱਗ ਗਿਆ ਸੀ? ਕਪੂਰ ਸਿੰਘ ਦਾ ਘਰ ਕਦੋਂ ਡਿੱਗ ਗਿਆ ਸੀ?